नगर निगम अमृतसर ਵੱਲੋਂ ਕਰਾਇਆ ਜਾਣ ਵਾਲੇ ਵਿਕਾਸ ਕਾਰਜਾਂ ਅਤੇ ਨਗਰ ਨਿਗਮ ਦੇ ਖਰਚਿਆਂ ਲਈ ਸ਼ਹਿਰ ਦੇ ਲੋਕਾਂ ਵੱਲੋਂ ਨਗਰ ਨਿਗਮ ਨੂੰ ਅਦਾ ਕੀਤਾ ਜਾਣ ਵਾਲਾ ਟੈਕਸ ਬਹੁਤ ਮਹੱਤਵਪੂਰਨ ਹੈ। ਐਸੇ ਲੜੀ ਵਿੱਚ ਨਗਰ ਨਿਗਮ ਦੀ ਲਾਇਸੈਂਸ ਫੀਸ ਅਤੇ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਆਖਰੀ ਤਾਰੀਖ 31 ਮਾਰਚ ਹੈ। ਇਸ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਲਾਇਸੈਂਸ ਫੀਸ ਅਤੇ ਪ੍ਰਾਪਰਟੀ ਟੈਕਸ ਦਾ ਬਕਾਇਆ 31 ਮਾਰਚ ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣ। ਨਹੀਂ ਤਾਂ ਇਸ ਤੋਂ ਬਾਅਦ ਜੁਰਮਾਨਾ ਵਸੂਲ ਕੀਤਾ ਜਾਏਗਾ। ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਬਕਾਇਆ ਦੇਣ ਵਾਲੇ ਜਿਸ ਤਰ੍ਹਾਂ ਪ੍ਰੋਪਰਟੇਕਸ ਹੈ ਸਾਡਾ ਲਾਇਸੈਂਸ ਫੀਸ ਹੈ ਉਹ ਸਾਰੇ ਜਿੰਨੇ ਵੀ ਸਾਡੇ ਇਸ ਪ੍ਰੋਪਰਟੇਕਸ ਤੇ ਕਰਦਾਤਾ ਹੈਗੇ ਨੇ ਉਹਨਾਂ ਨੂੰ ਲਾਇਸੈਂਸੀਜ਼ ਨੂੰ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਵਿਦਨ ਟਾਈਮ ਅਸੀਂ ਆਪਣਾ ਟੈਕਸ ਜਮਾ ਕਰਾਈਏ ਔਰ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਬਚੀਏ। ਜਿਹੜਾ ਕਿਉਂਕਿ ਤੁਹਾਡੇ ਵੱਲੋਂ ਦਿੱਤਾ ਹੋਇਆ ਟੈਕਸ ਜਿਹੜਾ ਹੈ ਉਹ ਸ਼ਹਿਰ ਦੀ ਡਿਵੈਲਪਮੈਂਟ ਉੱਤੇ ਖਰਚ ਹੋਣਾ ਹੈ ਸੋ ਆਸ ਕਰਦਾ ਕਿ ਤੁਸੀਂ ਸ਼ਹਿਰ ਦੇ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਆਪਣਾ ਸਹਿਯੋਗ ਪਾਓਗੇ ਸਮੇਂ ਸਿਰ ਆਪਣਾ ਟੈਕਸ ਜਮ੍ਹਾਂ ਕਰਾਓਗੇ ਕਿਉਂਕਿ ਹੁਣ ਡਰਬੇਟ ਦਾ ਸਮਾਂ ਵੀ ਖਤਮ ਹੋ ਚੁੱਕਿਆ ਇਸ ਤੋਂ ਬਾਅਦ ਫਾਈਨ ਜਿਹੜੇ ਉਹ ਸ਼ੁਰੂ ਹੋਣਗੇ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣਾ ਜਿਹੜਾ ਕਰ ਹੈ ਆਪਣਾ ਪ੍ਰੋਪਰਟੇਕਸ ਹੈ ਆਪਣੇ ਵਾਟਰ ਸਪਲਾਈ ਸੀਵਰੇਜ ਦੇ ਬਕਾਏ ਨੇ ਕਿਉਂਕਿ ਕਾਫੀ ਤੇ ਡੋਮੈਸਟਿਕ ਦੇ ਤੇ ਸਰਕਾਰ ਨੇ ਪਿੱਛੇ ਮਾਫ ਕਰ ਦਿੱਤੇ ਸੀ ਸੋ ਜਿਹੜਾ ਜਿਨ੍ਹਾਂ ਦੇ ਕਮਰਸ਼ੀਅਲ ਦੇ ਜਿਹੜੇ ਰਹਿੰਦੇ ਨੇ ਜਾਂ ਡੋਮੈਸਟਿਕ ਦੇ ਨਾਮੇ ਬਿੱਲ ਆਏ ਨੇ ਉਹਨਾਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਆਪਣੇ ਸਮੇਂ ਸਿਰ ਬਕਾਇਆ ਜਮ੍ਹਾਂ ਕਰਾਉਣਾ ਬਿਲਕੁਲ ਜੀ ਸਾਡਾ ਐਨੂਅਲ ਟਾਰਗੇਟ ਜਿਹੜਾ ਹੋ ਉਹ 40 ਕਰੋੜ ਦੇ ਲਗ ਸਕੇ ਜ ਟਾਰਗੇਟ ਹੈ ਪ੍ਰੋਪਟੈਕਸ ਦਾ ਸੋ ਪਰ ਅਜੇ ਅਚੀਵਮੈਂਟ ਜਿਹੜੀ ਹੈ ਉਹ 23 ਕਰੋੜ ਦੇ ਲਗਛਾ ਕੀ ਹੋਈ ਹੈ ਸੋ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹਨੂੰ ਤੇਜ਼ੀ ਨਾਲ ਜਿਹੜਾ ਹੈ ਉਹ ਜਿਹੜੇ ਵੀ ਸਾਡੇ ਡਿਫਾਲਟਰ ਨੇ ਉਹਨਾਂ ਦੇ ਮਗਰ ਚੱਲਾਂਗੇ ਉਹਨਾਂ ਦੇ ਸੀਲਿੰਗ ਵਗੈਰਾ ਦੇ ਜਿਹੜਾ ਕਾਰਵਾਈ ਉਹੀ ਕਰਾਂਗੇ ਸੂ 10 ਤਰੀਕ ਨੂੰ ਇਲੈਕਸ਼ਨ ਹੋਣ ਤੋਂ ਬਾਅਦ ਜਿਹੜਾ ਸਟਾਫ ਜਿਹੜਾ ਉਹ ਇੱਕ ਪਾਸੇ ਇਸ ਕੰਮ ਪਾਸੇ ਲੱਗੇਗਾ ਬਿਲਕੁਲ ਨਗਰ ਨਿਗਮ ਦੀ ਲਾਇਸੈਂਸ ਫੀਸ اور ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦੀ ਖੀਰੀ 31 ਮਾਰਚ ਹੈ ਸੋ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੀ ਲਾਇਸੈਂਸ ਫੀਸ ਜਾਂ ਪ੍ਰਾਪਰਟੀ ਟੈਕਸ ਹਾਲੇ ਵੀ ਬਕਾਇਆ ਹੈ ਉਹ ਜਲਦੋਂ ਜਲਦ ਨਗਰ ਨਿਗਮ ਨੂੰ ਜਮ੍ਹਾਂ ਕਰਾਉਣ ਔਰ 31 ਤਰੀਕ 31 ਮਾਰਚ ਦੀ ਲਾਸਟ ਡੇਟ ਹੈ ਸੋ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਟੈਕਸਿਸ ਨੇ ਉਹੀ ਨਗਰ ਨਿਗਮ ਨੂੰ ਚਲਾਉਣ ਲਈ ਉਸ ਦਾ ਵਿਕਾਸ ਕਾਰਜ ਸਾਇਕਸਿਦੋਨਸੋ ਲੋਗਾਂ ਨੂੰ ਸਾਡੀ ਵੀ ਅਪੀਲ ਹੈ ਕਿ ਉਹ ਨਗਰ ਨਿਗਮ ਦੇ ਜਿਹੜੇ ਬਕਾਇਆ ਨੇ ਉਹ ਜਲਦ ਤੋਂ ਜਲ ਜਮ੍ਹਾਂ ਕਰਾਣ ਕੈਮਰਾਮੈਨ ਰਿਕਸ਼ ਕੁਮਾਰ ਨਾਲ ਸੰਦੀਪ ਸਿੰਘ ਫਾਸਟਨਸ ਅੰਮ੍ਰਿਤਸਰ